ਭਾਜੀ ਮੈਨੂੰ ਬਹੁਤ ਖੁਸ਼ੀ ਆ, ਬਹੁਤ ਚਾਹ ਆ, ਬਹੁਤ ਜਿਆਦਾ ਐਕਸਾਈਟਮੈਂਟ ਆ ਤੇ ਬਹੁਤ ਦਿਲੋਂ ਪਿਆਰ ਆ ਸਾਰਿਆਂ ਦੇ ਨਾਲ ਤੇ ਫਾਈਨਲੀ ਅਸੀਂ ਵੇਟ ਕਰ ਰਹੇ ਸੀ ਕਾਫੀ ਦਿਨਾਂ ਤੋਂ, ਲਗਾਤਾਰ ਸ਼ੁਰੂ ਸੀਗਾ ਜਿਹੜਾ ਇੱਕ ਮਾਹੌਲ ਸੀਗਾ, ਸੋ ਉਹ ਅੱਜ ਮੈਨੂੰ ਲੱਗਦਾ ਕਿ ਮੈਂ ਇੰਨੀਆਂ ਬੋਲੀਆਂ ਨਹੀਂ ਪਾਉਣੀਆਂ, ਪਹਿਲਾਂ ਬਹੁਤ ਪਾ ਸੀ, ਮੈਂ ਅੰਦਰ ਪਾਊਂਗਾ ਅੰਦਰ 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 ਕੋਈ ਤਾਰ ਸਰੰਗੀਆਂ
ਮੇਰੇ ਜੋ ਲਫ਼ਜ਼ ਕਹੇ ਮੈਂ ਤੇ ਮੇਰਾ ਮੇਰੇ ਸਾਈਂ ਜੀ ਜਾਣਦੇ ਤੇ ਮੇਰੇ ਅੱਲਾ ਜਾਣਦਾ, ਮੈਂ ਨੋਣ ਵੀ ਨਹੀਂ ਉਸ ਗੱਲ ਦੇ ਵਿੱਚ, ਪਰ ਇਹਨਾਂ ਦੇ ਮੇਰੀ ਜੋ ਅਕੀਦਤ ਮੇਰੀ ਇਬਾਦਤ ਹੈ ਮੇਰੇ ਵੱਡੇ ਭਾਈ ਦੇ, ਅਸੀਂ ਗੁਰ ਭਾਈ ਹਾਂ, ਉੱਥੋਂ ਗੁਰ ਭਾਈ ਹਾਂ। ਤਾਰ ਸਰੰਗੀ ਦੀ ਇੱਕ ਤੇਰੀ ਮੈਨੂੰ ਇੱਕ ਤੇਰੀ ਮੈਨੂੰ ਦੂਜੇ ਤੇਰੀ ਸੰਗੀਆਂ ਇੱਕ ਤੇਰੀ ਬਾਬੂ ਫਿਰ ਖੇਤਾਂ ਵਿੱਚ ਪੜੇ ਕਾਲ ਕੁੱਟਣਾ ਨੇ।
ਜੀ ਸ਼ਾਦੀ ਦਾ ਮਜ਼ਾ ਤਾਂ ਹੈਗਾ ਹੀ ਹੈ ਔਰ ਸਭ ਤੋਂ ਜ਼ਿਆਦਾ ਅੱਛੀ ਬਾਤ ਜੋ ਮੈਨੂੰ ਲੱਗ ਰਹੀ ਹੈ ਕਿ ਕਪਿਲ ਨੇ ਪੰਜਾਬ ਮੈਂ ਆ ਕੇ ਸ਼ਾਦੀ ਕੀ ਹੈ ਔਰ ਰਿਚੁਅਲਸ ਕੇ ਸਾਥ ਸ਼ਾਦੀ ਕੀ ਹੈ ਟ੍ਰੈਡੀਸ਼ਨ ਜੋ ਹੈ ਉਨਕੋ ਕਾਇਮ ਰੱਖਾ ਹੈ ਇੰਟਰਨੈਸ਼ਨਲੀ ਪੰਜਾਬ ਕੇ ਟ੍ਰੈਡੀਸ਼ਨ ਕਾ ਰਿਚੁਅਲਸ ਕਾ ਰਸਮੋਂ ਕਾ ਘੋੜੀਓਂ ਕਾ ਸੁਹਾਗ ਜਾਗੋ ਕਾ ਲੋਗੋਂ ਕੋ ਪਤਾ ਚਲੇਗਾ ਕਿ ਹਮਾਰੇ ਰਿਚੁਅਲਸ ਕਿਆ ਹੋਤੇ ਹੈ ਰਸਮੇਂ ਕਿਆ ਹੋਤੀ ਹੈ ਵੋ ਸਭਸੇ ਜ਼ਿਆਦਾ ਖੁਸ਼ੀ ਕੀ ਬਾਤ ਹੈ ਸ਼ਾਦੀਆਂ ਤਾਂ ਹੋਤੀ ਰਹਿਤੀ ਹੈ ਮਗਰ ਯੇ ਸਪੈਸ਼ਲ ਸ਼ਾਦੀ ਆਈ ਥਿੰਕ ਇਸ ਲੀਏ ਵੀ ਕੋਈ ਟਿਪਸ ਦੀ ਹੈ ਬੜਾ ਮਜ਼ਾਕ ਉਡਾਇਆ ਇਹਨਾਂ ਨੇ ਸ਼ਾਦੀ ਸ਼ਾਦਾ ਲੋਗੋਂ ਕਾ ਅੱਜ ਖੁਦ ਸ਼ਾਦੀ ਹੋ ਰਹੀ ਟਿਪ ਯਹੀ ਹੈ ਬਸ ਕਿ ਦੇਖੋ ਸਾਲ ਕੇ ਬਾਅਦ ਕਿਆ ਹੋਤਾ ਹੈ ਫਿਰ ਦੇਖਤੇ ਹੈ ਸੋ ਬਹੁਤ ਬਹੁਤ ਮੁਬਾਰਕ ਸਰ ਥੈਂਕ ਯੂ ਸਰ ਬੀਬੀ ਜੀ ਉਹ ਬੁਲਾ ਲਓ ਮਾਈਕ ਗਿੰਨੀ ਦਾ ਵਿਆਹ ਹੋਣ ਵਾਲਾ ਅੱਜ ਹਨਾ ਤੇ ਲੰਮੇ ਪਿੰਡ ਦੀ ਗੱਲ ਕਰੀਏ ਨਾਲਕਾ ਲੰਮਾ ਪਿੰਡ ਹੈਗਾ ਆ ਕਿੰਨਾ ਕੁ ਚਿਰ ਤੁਹਾਡੇ ਕੋਲ ਉੱਥੇ ਖੇਡਦੀ ਰਹੀ ਜਦੋਂ ਛੋਟੀ ਹੁੰਦੀ ਸੀਗੀ ਸਾਡੇ ਕੋਲ ਬਚਪਨ ਚ ਹੀ ਰਹੀ ਆ ਬਹੁਤ ਖੇਡੀ ਆ ਬਹੁਤ ਪਿਆਰ ਆ ਨਾਨੀ ਨਾਲ ਬਹੁਤ ਪਿਆਰ ਦਿੱਤਾ ਕਿੱਦਾਂ ਕਿੱਦਾਂ ਦਾ ਲੱਗ ਰਿਹਾ ਅੱਜ ਗਿੰਨੀ ਦਾ ਤੇ ਕਪਲ ਦਾ ਵਿਆਹ ਹੋਣ ਲੱਗਾ ਵਾ ਕਾਫੀ ਅਰਸੇ ਬਾਅਦ ਬਹੁਤ ਅੱਛਾ ਰਾਮਾ ਵਾਂਗੂ ਕਪਿਲ ਨੂੰ ਅਸੀਂ ਹਮੇਸ਼ਾ ਸਮਝਦੇ ਆਏ ਹਾਂ ਉਹਨਾਂ ਦਾ ਬਹੁਤ ਪਿਆਰ ਮਿਲਿਆ ਔਰ ਜਦੋਂ ਮੈਂ ਆਪਣਾ ਪ੍ਰੋਗਰਾਮ ਕਰਦੀ ਹੁੰਦੀ ਸੀ ਤੇ ਉਸ ਟਾਈਮ ਤੋਂ ਬੜੀ ਪੁਰਾਣੀ ਜਾਣਕਾਰ ਆ ਔਰ ਮੇਰੇ ਖਿਆਲ ਨਾਲ ਉਦੋਂ ਕਪਿਲ ਨੇ ਟੀਵੀ ਤੇ ਨਹੀਂ ਆਉਣਾ ਸ਼ੁਰੂ ਕੀਤਾ ਸੀ ਤੇ ਮੈਨੂੰ ਕਪਿਲ ਦੇ ਮੈਸੇਜਸ ਮਿਲਦੇ ਰਹਿੰਦੇ ਸੀਗੇ ਕਿ ਹੀ ਲਵਜ਼ ਮਾਈ ਪ੍ਰੋਗਰਾਮ ਐਂਡ ਆਲ ਸੋ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਮੈਂ ਇੰਨੀ ਮਾਣਮੱਤੀ ਸ਼ਖਸੀਅਤ ਦਾ ਪ੍ਰੋਗਰਾਮ ਜਿਹੜਾ ਵਿਆਹ ਜਿਹੜਾ ਅਟੈਂਡ ਕਰਨ ਆਈ ਹਾਂ ਔਰ ਵਿਆਹ ਅਟੈਂਡ ਕਰਨ ਦੇ ਨਾਲ ਨਾਲ ਅੱਜ ਸਟੇਜ ਤੇ ਰੌਣਕਾਂ ਵੀ ਲਗਾਵਾਂਗੇ ਸੋ ਸਾਰੇ ਬਾਲੀਵੁੱਡ ਤੋਂ ਵੀ ਬਹੁਤ ਸਾਰੇ ਕਲਾਕਾਰਾਂ ਦਾ ਇੰਤਜ਼ਾਰ ਹੈ ਤੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਲੋਕ ਇੱਥੇ ਪਹੁੰਚਣ ਜਾ ਰਹੇ ਨੇ ਸੋ ਦੇਖਦੇ ਹਾਂ ਜੀ ਕੀ ਅੱਛਾ ਪ੍ਰੀਤਾ ਇੱਕ ਗੱਲ ਦੱਸ ਮੈਨੂੰ ਨਾ ਇੱਕ ਤੁਹਾਡੇ ਨਾਲ ਜਿਹੜਾ ਕਨੈਕਸ਼ਨ ਰਿਹਾ ਹੈ ਕਪਿਲ ਦਾ ਉਹ ਬਹੁਤ ਖਾਸ ਸੀਗਾ ਜਿੱਦਾਂ ਵੀ ਜਦ ਵੀ ਆਪਾਂ ਵੇਖਿਆ ਹੈ ਤੁਸੀਂ ਫੁੱਲ ਉਹਨਾਂ ਨੇ ਕਦੇ ਤੁਹਾਨੂੰ ਭੁੱਲੇ ਨਹੀਂ ਹੈ ਨਾ ਤਾਂ ਉਸ ਚੀਜ਼ ਨੂੰ ਦੇਖਦੇ ਹੋ ਕਿ ਬਹੁਤ ਹੰਬਲ ਰਹੇ ਨੇ ਤੇ ਵਿਆਹ ਦੇ ਟਾਈਮ ਨੇ ਸਾਰਿਆਂ ਨੂੰ ਯਾਦ ਕੀਤਾ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜਿਸ ਬੁਲੰਦੀ ਤੇ ਇਸ ਵਕਤ ਕਪਿਲ ਸ਼ਰਮਾ ਪਹੁੰਚ ਚੁੱਕੇ ਨੇ ਉਹ ਬਹੁਤ ਵੱਡੀ ਗੱਲ ਹੈ ਇਟਸ ਲਾਈਕ ਇੰਟਰਨੈਸ਼ਨਲੀ ਜੇਕਰ ਕਿਹਾ ਜਾਵੇ ਤੇ ਵਿਰਾਟ ਕੋਹਲੀ ਔਰ ਅਨੁਸ਼ਕਾ ਸ਼ਰਮਾ ਦਾ ਜਦੋਂ ਵਿਆਹ ਹੋਇਆ ਦੀਪਿਕਾ ਪਾਦੂਕੋਨ ਔਰ ਰਣਵੀਰ ਦਾ ਹੋਇਆ ਤੇ ਉਦੋਂ ਲੋਕਾਂ ਨੂੰ ਇੰਨਾ ਸ਼ਾਇਦ ਚਾਅ ਨਹੀਂ ਸੀ ਜਿੰਨਾ ਅੱਜ ਕਪਿਲ ਦੇ ਵਿਆਹ ਦਾ ਚਾਅ ਚੜਿਆ ਹੋਇਆ ਕਪਿਲ ਦੇ ਵਿਆਹ ਦਾ ਕਾਰਡ ਮੇਰੇ ਖਿਆਲ ਨਾਲ ਲੋਕਾਂ ਵਾਸਤੇ ਬਹੁਤ ਵੱਡੀ ਗੱਲ ਸੀਗੀ ਕਿ ਉਹਨਾਂ ਦਾ ਵਿਆਹ ਦਾ ਕਾਰਡ ਸਾਨੂੰ ਆਇਆ ਲੋਕਾਂ ਨੇ ਫੇਸਬੁੱਕ ਪੇਜਿਸ ਦੇ ਉੱਤੇ ਜਾ ਕੇ ਆਪਣੇ ਆਈ ਡੀਜ਼ ਦੇ ਉੱਤੇ ਜਾ ਕੇ ਔਰ ਉਹ ਪੋਸਟ ਪਾ ਰਹੇ ਸੀਗੇ ਕਿ ਸਾਨੂੰ ਕਪਿਲ ਦੇ ਵਿਆਹ 'ਚ ਬੁਲਾਇਆ ਗਿਆ ਤੁਸੀਂ ਆਪ ਸਮਝ ਲਓ ਕਿ ਵਿਆਹ ਦੇ ਕਾਰਡ ਦਾ ਚਾਅ ਚੜ ਗਿਆ ਸਾਰਿਆਂ ਨੂੰ ਵਿਆਹ ਦਾ ਤਾਂ ਬਹੁਤ ਜ਼ਿਆਦਾ ਹੀ ਹੈ ਨਾ ਕਪਿਲ ਵਾਸਤੇ ਮੈਂ ਤੇ ਕਹਾਂਗੀ ਕਿ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ ਥੈਂਕ ਯੂ ਸੋ ਮਚ ਕਪਿਲ ਜੀ ਨੂੰ ਔਰ ਸਾਰੇ ਪਰਿਵਾਰ ਨੂੰ ਔਰ ਬੱਚੀ ਦੇ ਪਰਿਵਾਰ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਉਹ ਜੀਵਨ 'ਚ ਸਫਲ ਹੋਣ ਉਹਨਾਂ ਦਾ ਜੀਵਨ ਸਫਲ ਹੋਏ ਸੋ ਮੇਰੀਆਂ ਸ਼ੁਭਕਾਮਨਾਵਾਂ ਮੇਰੇ ਵੱਲੋਂ ਮੇਰੇ ਪਰਿਵਾਰ ਕਹਿਣਾ ਚਾਹਾਂਗਾ ਕਿ ਕਪਿਲ ਸ਼ਰਮਾ ਅੰਮ੍ਰਿਤਸਰ ਵਿੱਚ ਪੈਦਾ ਹੋਏ ਲੇਕਿਨ ਪੂਰੀ ਦੁਨੀਆ ਵਿੱਚ ਨਾਂ ਹੋਇਆ ਗੁਰੂਆਂ ਪੀਰਾਂ ਦੀ ਧਰਤੀ 'ਤੇ ਬੰਦੇ ਜਿਹੜੇ ਵੀ ਪੈਦਾ ਹੁੰਦੇ ਆ ਉਹ ਖੁਸ਼ ਨਸੀਬ ਹੈ ਇਹ ਬਹੁਤ ਵੱਡੇ ਖੁਸ਼ ਨਸੀਬਾਂ 'ਚੋਂ ਇੱਕ ਆ ਅੱਜ ਦੀ ਜੋੜੀ ਬੜੀ ਅਹਿਮ ਹੈ ਅੱਜ ਦੀ ਸ਼ਾਦੀ ਬੜੀ ਅਹਿਮ ਹੈ ਜਿਹਨਾਂ ਨੂੰ ਸਾਰੇ ਲੋਕ ਤਰਸਦੇ ਨੇ ਵੇਖਣ ਲਈ ਉਹ ਵੀ ਸਾਰੇ ਇੱਕ ਦੂਜੇ ਨੂੰ ਪੁੱਛਦੇ ਤੈਨੂੰ ਨਹੀਂ ਬੁਲਾਇਆ ਤੈਨੂੰ ਨਹੀਂ ਬੁਲਾਇਆ ਆਮ ਤੌਰ 'ਤੇ ਲੋਕ ਕਹਿੰਦੇ ਹੁੰਦੇ ਯਾਰ ਉੱਥੇ ਜਾਣਾ ਹੀ ਪੈਣਾ ਉਸ ਸ਼ਾਦੀ 'ਤੇ ਇਹ ਪਹਿਲੀ ਸ਼ਾਦੀ ਹੈ ਜਿੱਥੇ ਦੱਸਦੇ ਨੇ ਲੋਕ ਕਿ ਮੈਂ ਜਾ ਰਿਹਾ